ਕੋ ਮੈਮ, ਜਿਵੇਂ ਹੁਣ ਬਹੁਤ ਸਾਰੇ ਕੰਸਲਟੈਂਟ ਨੇ, ਕੋਈ ਕਹਿੰਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਰਿਹਾ, ਕੋਈ ਕਹਿੰਦਾ ਨਹੀਂ ਲੱਗ ਰਿਹਾ, ਹੁਣ ਤੁਸੀਂ ਰੀਸੈਂਟ ਵੀਜ਼ਾ ਲੱਗਿਆ ਵੀ ਦਿਖਾਤਾ, ਖਾਸ ਤੌਰ 'ਤੇ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਵੀਜ਼ੇ ਆ ਰਹੇ ਆ, ਸਟੱਡੀ ਵੀਜ਼ਾ ਦੇ ਵੀ ਆ ਰਹੇ ਆ, ਕੰਸਲਟੈਂਟ ਦੀ ਚੋਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ, ਕਿਵੇਂ ਦੇਖਣ ਵੀ ਇਹ ਬੰਦਾ ਸਾਡਾ ਸਹੀ? ਚਲੋ ਵੀਜ਼ਾ ਆਉਣਾ ਜਾਂ ਨਾ ਆਉਣਾ ਅਲੱਗ ਮੈਟਰ ਹੈ, ਅੰਬੈਸੀ ਨੇ ਵੀਜ਼ਾ ਦੇਣਾ ਹੁੰਦਾ, ਪਰ ਪਹਿਲਾਂ ਪਹਿਲਾ ਸਟੈਪ ਹੁੰਦਾ ਕੰਸਲਟੈਂਟ ਦਾ ਚੂਜ਼ ਕਰਨਾ, ਉਹ ਕਿਸ ਤਰ੍ਹਾਂ ਦੇ ਨਾਲ ਕਰ ਸਕਦਾ ਕੋਈ ਵੀ? ਪਲਵਿੰਦਰ ਜੀ, ਜਦੋਂ ਅਸੀਂ ਕੰਸਲਟੈਂਟ ਕੋਲ ਜਾਂਦੇ ਹਾਂ ਨਾ, ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਹਨੂੰ ਆਪਣੇ ਕਿੰਨੀ ਨੌਲੇਜ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਟੱਡੀ ਵੀਜ਼ਾ ਦੀ ਕੋਈ ਏਜ ਨਹੀਂ ਹੁੰਦੀ, ਕੋਈ ਉਹਦੇ 'ਚ ਪਰਸੈਂਟੇਜ ਮੈਟਰ ਨਹੀਂ ਕਰਦੀ, ਕੋਈ ਤੁਹਾਡਾ ਆਈਲੈਟਸ ਨਹੀਂ ਮੈਟਰ ਕਰਦਾ। ਇਹ ਗੱਲ ਸੁਣਨ ਦੇ ਵਿੱਚ, ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੀ ਐਡਵਰਟਾਈਜ਼ਮੈਂਟ ਹੈ ਕਿ ਜੇ ਤੁਹਾਡੇ 6 ਬੈਂਡ ਹੈ ਤਾਂ ਤੁਸੀਂ ਸਾਡੇ ਕੋਲ ਅਪਲਾਈ ਕਰੋ, ਸੁਣਨ ਦੇ ਵਿੱਚ ਬੱਚੇ ਨੂੰ ਇਹ ਲੱਗੂਗਾ ਕਿ ਇਹ ਕਿਵੇਂ ਗੱਲ ਕਰ ਰਹੇ, ਕਿਉਂਕਿ 7 ਬੈਂਡ 'ਤੇ ਵੀਜ਼ਾ ਨਹੀਂ ਆ ਰਹੇ। ਇਹ ਗੱਲ ਜਿਹੜੀ ਕੀਤੀ ਆ ਮੈਂ, ਇਸ ਗੱਲ ਦੇ ਪਿੱਛੇ ਸਮਝਣ ਦੀ ਜ਼ਰੂਰਤ ਆ ਸਾਨੂੰ ਕਿ ਵਿਦਆਊਟ ਆਈਲੈਟਸ ਜਿਹੜਾ ਬੰਦਾ ਤੁਹਾਡਾ ਅਪਲਾਈ ਕਰ ਰਿਹਾ ਉਹਨੂੰ ਆਪਣੇ ਕੋਲ ਕਿੰਨੀ ਨੌਲੇਜ ਹੈ, ਮੇਰੇ ਕੋਲ ਆਪਣਾ ਕਿੰਨਾ ਐਕਸਪੀਰੀਅੰਸ ਆ। ਜਦੋਂ ਬੱਚਾ ਸਾਡੇ ਕੋਲ ਅਪਲਾਈ ਕਰਨ ਆਉਂਦਾ, ਸਭ ਤੋਂ ਪਹਿਲਾਂ ਬੱਚੇ ਕੀ ਦੇਖਦੇ ਆ ਕਿ ਉਸ ਕੰਸਲਟੈਂਟ ਦੇ ਵੀਜ਼ਾਸ ਕਿੰਨੇ ਆਏ ਆ। ਵੀਜ਼ਾ ਮੈਂ ਦਿਖਾ ਦੂੰਗੀ, ਵੀਜ਼ਾ ਮੇਰੇ ਵੀ ਬਹੁਤ ਆਏ ਆ। ਸਭ ਤੋਂ ਜ਼ਰੂਰੀ ਹੈ ਤੁਹਾਡੀ ਪ੍ਰੋਫਾਈਲ ਦੇ ਉੱਤੇ ਉਹ ਕੰਸਲਟੈਂਟ ਕੀ ਵਰਕ ਕਰ ਰਿਹਾ, ਤੁਹਾਡੀ ਪ੍ਰੋਫਾਈਲ ਨੂੰ ਕਿਵੇਂ ਲੈ ਰਿਹਾ, ਤੁਹਾਡੀ ਪ੍ਰੋਫਾਈਲ ਦੇ ਉੱਤੇ ਤੁਹਾਨੂੰ ਐਕਸਟਰਾ ਐਡ ਡਾਊਨ ਚੀਜ਼ਾਂ ਕੀ ਦੱਸ ਰਿਹਾ, ਤੁਹਾਡੀ ਪ੍ਰੋਫਾਈਲ ਦੇ ਉੱਤੇ ਉਹ ਕਿਹੜੀ ਜ਼ਰੂਰਤ ਕਹਿ ਰਿਹਾ ਵਰਕਆਊਟ ਕਰਨ ਦੀ, ਕੀ ਤੁਹਾਨੂੰ ਸਮਝ ਆ ਰਹੀ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਇਹ ਕਮੀਆਂ। ਤੁਹਾਡਾ ਕੰਸਲਟੈਂਟ ਤੁਹਾਨੂੰ ਕਮੀਆਂ ਦੱਸ ਕੇ ਉਸ ਕਮੀਆਂ ਨੂੰ ਵੀਜ਼ਾ ਆਫਿਸਰ ਦੇ ਸਾਹਮਣੇ ਫਿਲ ਕਰਕੇ ਕਿਵੇਂ ਰੱਖੂਗਾ, ਕਿਵੇਂ ਵੀਜ਼ਾ ਲਊਗਾ, ਉਹ ਚੀਜ਼ ਜੇ ਕੰਸਲਟੈਂਟ ਨੂੰ ਤੁਹਾਡੇ ਨੂੰ ਪਤਾ ਹੈ। ਜਦੋਂ ਤੁਸੀਂ ਆਪਣੇ ਕੰਸਲਟੈਂਟ ਕੋਲ ਜਾਂਦੇ ਹੋ, ਇਹ ਨਹੀਂ ਕਿ ਕੰਸਲਟੈਂਟ ਕੋਲ ਤੁਸੀਂ ਗਏ ਤੁਹਾਡਾ ਫਲਾਨਾ ਕੋਰਸ ਹੈ, ਫਲਾਨੇ ਕਾਲਜ ਦੇ ਵਿੱਚ ਐਡਮਿਸ਼ਨ ਹੋ ਜੂਗਾ। ਮੋਸਟਲੀ ਮੈਂ ਦੇਖਦੀ ਹਾਂ ਕਿ ਇਨਫੋਰਮੇਸ਼ਨ ਕਾਲਜ ਕੋਰਸ ਦੀ ਦਿੱਤੀ ਹੁੰਦੀ ਆ, ਜਿਹੜੀ ਕਿ ਬੱਚਾ ਔਨਲਾਈਨ ਵੀ ਕਿਤੋਂ ਵੀ ਉਹ ਨੌਲੇਜ ਜਿਹੜੀ ਆ ਲੈ ਸਕਦਾ। ਜ਼ਰੂਰਤ ਆ ਬੱਚੇ ਨੂੰ ਪ੍ਰੋਫਾਈਲ ਨੂੰ ਅੱਗੇ ਰੀਪ੍ਰਜੈਂਟ ਕਿਵੇਂ ਕਰਨਾ। ਟੈਕਨੀਕਲ ਬੱਚਾ ਜਿਹੜਾ ਬੱਚੇ ਨੂੰ ਪੁਆਇੰਟਸ ਨਹੀਂ ਪਤਾ, ਉਹ ਕੰਸਲਟੈਂਟ ਤੁਹਾਨੂੰ ਕਲੀਅਰ ਕਰੇ ਕਿ ਵੀਜ਼ਾ ਆਫਿਸਰ ਨੂੰ ਅਸੀਂ ਐਵੇਂ ਸੈਟਿਸਫਾਈ ਕਰਾ ਸਕਦੇ ਹਾਂ, ਕਿਉਂਕਿ ਵੀਜ਼ਾ ਆਫਿਸਰ ਨੇ ਕਿਤੇ ਵੀ ਅੰਬੈਸੀ ਨੇ ਇਹ ਕੰਡੀਸ਼ਨਸ ਅਪਲਾਈ ਨਹੀਂ ਕੀਤੀਆਂ ਗਈਆਂ ਕਿ ਜੇ ਤੁਸੀਂ 5:30 'ਤੇ ਜਾਂ ਵਿਦਆਊਟ ਆਈਲੈਟਸ ਅਸੀਂ ਆ ਰਹੇ ਹੋ, ਅਸੀਂ ਤੁਹਾਡੀ ਫਾਈਲ ਨਹੀਂ ਲੈਂਦੇ। ਇਟ ਮੀਨਸ ਅੰਬੈਸੀ ਦੇ ਵਿੱਚ ਤੁਹਾਡੀ ਫਾਈਲ ਜਿਹੜੀ ਉਹ ਸਬਮਿਟ ਹੋ ਰਹੀ ਆ, ਅਤੇ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਤੁਹਾਡੀ ਜਿਹੜੀ ਉਹ ਫਾਈਲ ਲੈ ਰਿਹਾ, ਉਹ ਵੀਜ਼ਾ ਦੇਣ ਲਈ ਲੈ ਰਿਹਾ। ਹੁਣ ਤੁਹਾਡੀ ਪ੍ਰੈਜੈਂਟੇਸ਼ਨ ਦੇ ਉੱਤੇ ਡਿਪੈਂਡ ਆਨ ਆ, ਜੇ ਤਾਂ ਤੁਹਾਨੂੰ ਲੋਕੇਸ਼ਨ ਔਰ ਤੁਹਾਨੂੰ ਇਹ ਪਤਾ ਹੈ ਨਾ ਕਿ ਕਿਸ ਕੈਟਾਗਰੀ 'ਚ ਅਪਲਾਈ ਕਰਕੇ। ਹੁਣ ਆਪਾਂ ਸਟੱਡੀ ਦੀ ਕੋਈ ਕੈਟਾਗਰੀ ਰੱਖੀ ਹੋਈ ਆ ਆਸਟ੍ਰੇਲੀਆ ਦੇ ਵਿੱਚ, ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਕ੍ਰੀਏਟਿਵ ਫਿਊਚਰ ਕੌਂਸਲੈਂਜਾ ਨੇ ਮਾਰਕੀਟ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀਗਾ, ਹੁਣ ਤਾਂ ਮੈਨੂੰ ਪਤਾ ਨਹੀਂ ਆ। ਸਾਨੂੰ ਕੈਟਾਗਰੀ ਪਤਾ ਸੀ ਕਿ ਇਸ ਕੈਟਾਗਰੀ 'ਚ ਵੀ ਅਪਲਾਈ ਕਰਕੇ ਬੱਚਾ ਸਟੱਡੀ ਵੀਜ਼ਾ ਲੈ ਸਕਦਾ, ਕਿਉਂਕਿ ਉਸ ਟਾਈਮ ਆਸਟ੍ਰੇਲੀਆ ਨੇ ਬਿਲਕੁਲ ਕਲੀਅਰ ਕਰਤਾ ਸੀ ਕਿ ਜਿੰਨੇ ਬੱਚਿਆਂ ਦਾ ਗੈਪ ਹੈ ਉਹਦੇ ਉੱਤੇ ਅਸੀਂ ਬਿਲਕੁਲ ਵੀ ਕਨਫਰਮੇਸ਼ਨ ਆਫ ਇਨਰੋਲਮੈਂਟ ਜਿਹੜੀ ਉਹ ਨਹੀਂ ਦੇਵਾਂਗੇ, COE ਨਹੀਂ ਦੇਵਾਂਗੇ। ਫਿਰ ਉਸ ਤੋਂ ਬਾਅਦ ਅਸੀਂ ਇਹ ਕੈਟਾਗਰੀ ਕੱਢੀ ਕਿ ਜਿਹੜੇ ਬੱਚਿਆਂ ਦਾ ਸਾਡਿਆਂ ਦਾ ਗੈਪ ਹੈ। ਇਹ ਕੋਈ ਕੈਟਾਗਰੀ ਨਵੀਂ ਨਹੀਂ ਬਣਾਈ ਅਸੀਂ, ਇਹ ਉਹਨਾਂ ਦੀਆਂ ਹੀ ਵੈਬਸਾਈਟ 'ਤੇ, ਉਹਨਾਂ ਦੇ ਹੀ ਕੰਟਰੀ ਦੀਆਂ ਵੈਬਸਾਈਟ ਦੇ ਉੱਤੇ, ਆਸਟ੍ਰੇਲੀਆ ਦੀ ਕੰਟਰੀ ਦੀ ਵੈਬਸਾਈਟ ਦੇ ਉੱਤੋਂ ਹੀ ਅਸੀਂ ਇਹ ਕੈਟਾਗਰੀ ਰੀਡ ਕੀਤੀ ਆ, ਉਹਦਾ ਐਕਸਪੀਰੀਅੰਸ ਲਿਆ, ਕਾਲਜਿਸ ਨਾਲ ਮੀਟਿੰਗ ਕੀਤੀ, ਯੂਨੀਵਰਸਿਟੀਜ਼ ਨਾਲ ਮੀਟਿੰਗ ਕੀਤੀ ਕਿ ਸਾਡੇ ਬੱਚੇ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ 'ਚ ਆਉਣਗੇ, ਦੈਨ ਅਸੀਂ ਇੱਥੇ ਉਹਨਾਂ ਬੱਚਿਆਂ ਨੂੰ ਸਟੱਡੀ ਪਰਮਿਟ ਕਨਵਰਟ ਕਰਾਉਣਾ, ਤੁਸੀਂ ਸਾਡੀ ਕੀ ਹੈਲਪ ਕਰੋਗੇ। ਫਿਰ ਜਦੋਂ ਉਹ ਕੈਟਾਗਰੀ ਬਾਰੇ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਇਹ ਕੈਟਾਗਰੀ ਤਾਂ ਹੈਗੀ ਆ, ਬੱਚਾ ਆ ਕੇ ਇੱਥੇ ਅਪਲਾਈ ਕਰ ਸਕਦਾ, ਐਗਰੀ ਕੀਤਾ ਕਾਲਜ ਯੂਨੀਵਰਸਿਟੀਜ਼ ਨੇ ਸਾਡੇ ਨਾਲ,
ਪਹਿਲਾਂ ਦੋ ਕਾਲਜ ਐਗਰੀ ਹੋਏ, ਫਿਰ ਹੌਲੀ ਹੌਲੀ ਕਰਕੇ ਕਾਫੀ ਕਾਲਜਸ ਜਿਹੜੇ ਆ ਇਸ ਟਾਈਮ ਸਾਡੇ ਨਾਲ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ 'ਚ ਕੰਮ ਕਰ ਰਹੇ ਆ। ਹੁਣ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਕੰਸਲਟੈਂਟ ਨੂੰ ਖੁਦ ਕੈਟਾਗਰੀਜ਼ ਪਤਾ ਹੋਣਗੀਆਂ ਤਾਂ ਹੀ ਉਹ ਤੁਹਾਨੂੰ ਅਵੇਅਰਨੈਸ ਦੇ ਸਕਦਾ। ਇੱਕ ਮਾਰਕੀਟ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ 6 ਬੈਂਡ ਦੇ ਉੱਤੇ ਆਸਟ੍ਰੇਲੀਆ ਅਪਲਾਈ ਹੁੰਦਾ ਹੈ। ਮੈਂ ਵੀ ਦੱਸ ਦੂੰਗੀ ਕਿ 6 ਬੈਂਡ ਦੇ ਉੱਤੇ ਇਹ ਯੂਨੀਵਰਸਿਟੀਜ਼ ਤੁਹਾਨੂੰ ਲੈ ਰਹੀਆਂ। ਕੈਪਿੰਗ ਸਿਸਟਮ ਹੋਣ ਵਾਲਾ, ਇਹ ਪੂਰੇ ਨਿਊਜ਼ ਫੈਲ ਗਈ ਆ ਕਿ ਕੈਪਿੰਗ ਸਿਸਟਮ ਹੋਣ ਵਾਲਾ। ਬਾਕੀ ਕੈਟਾਗਰੀਜ਼ ਨੂੰ ਕੋਈ ਪ੍ਰਮੋਟ ਹੀ ਨਹੀਂ ਕਰ ਰਿਹਾ। ਜਿਹਦਾ ਤੁਹਾਡੇ ਕੰਸਲਟੈਂਟ ਨੂੰ ਹਰ ਕੈਟਾਗਰੀ ਬਾਰੇ, ਉਸ ਕੰਟਰੀ ਬਾਰੇ ਪ੍ਰੋਪਰ ਸਟੱਡੀ ਕੀਤੀ ਆ, ਪ੍ਰੋਪਰ ਨੌਲੇਜ ਆ। ਇਹ ਨਹੀਂ ਕਿਹਾ ਕਿ ਮੈਂ ਇੱਕ ਦੋ ਕੰਟਰੀ ਨੂੰ ਰੀਪ੍ਰਜੈਂਟ ਕਰਤਾ, ਦੋ ਕੰਟਰੀ ਵਾਲੇ 4 ਯੂਨੀਵਰਸਿਟੀਜ਼ ਬਾਰੇ ਬੋਲ ਦਿੱਤਾ ਤਾਂ ਮੈਨੂੰ ਨੌਲੇਜ ਆ ਗਈ। ਮੈਨੂੰ ਤੁਹਾਡੀ ਪ੍ਰੋਫਾਈਲ ਬਾਰੇ ਨੌਲੇਜ ਹੋਣੀ ਚਾਹੀਦੀ ਕਿ ਤੁਹਾਡੀ ਪ੍ਰੋਫਾਈਲ ਨੂੰ ਕਿਸ ਕੈਟਾਗਰੀ ਦੇ ਵਿੱਚ ਫਿੱਟ ਕਰਕੇ ਮੈਂ ਕਿਵੇਂ ਵੀਜ਼ਾ ਲੈ ਸਕਦੀ ਹਾਂ। ਅਤੇ ਇਸ ਤਰ੍ਹਾਂ ਜਿਹੜੇ ਵੀ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ, ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਹਦੇ ਅੱਗੇ ਆਪਣੀ ਪ੍ਰੋਫਾਈਲ ਰੱਖਦੇ ਹੋ, ਉਹ ਤੁਹਾਨੂੰ ਕਿਵੇਂ ਉਸ ਪ੍ਰੋਫਾਈਲ ਨੂੰ ਲੈ ਕੇ ਤੁਹਾਨੂੰ ਕਿਵੇਂ ਅੱਗੇ ਗਾਈਡ ਕਰ ਰਿਹਾ ਹੈ, ਫਿਰ ਤੁਸੀਂ ਉਹਦੀ ਨੌਲੇਜ ਚੈੱਕ ਕਰਕੇ ਦੈਨ ਤੁਸੀਂ ਉੱਥੇ ਅਪਲਾਈ ਕਰ ਸਕਦੇ। ਬਿਲਕੁਲ, ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਲਈ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਕੋਲ ਹੈਗੀਆਂ ਨੇ। ਜੇਕਰ ਤੁਸੀਂ ਗੁਰਪ੍ਰੀਤ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਮੋਹਾਲੀ ਮਿਲ ਸਕਦੇ ਹੋ, ਅਹਿਮਦਾਬਾਦ ਮਿਲ ਸਕਦੇ ਹੋ, ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਦਾ ਆਫਿਸ ਹੈ। ਕੋਈ ਆਸਟ੍ਰੇਲੀਆ ਵਾਲੇ ਸਟੂਡੈਂਟ ਨੇ ਜਿਹੜੇ ਉੱਥੇ ਰਹਿ ਰਹੇ ਨੇ ਕਿਸੇ ਵੀ ਤਰੀਕੇ ਟੂਰਿਸਟ ਵੀਜ਼ੇ 'ਤੇ ਗਏ ਆ, ਤਾਂ ਉਹ ਵੀ ਉੱਥੇ ਜਾ ਕੇ ਜੇ ਕੋਈ ਕੋਈ ਵੀ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ ਤਾਂ ਤੁਸੀਂ ਵਟਸਐਪ ਦੇ ਉੱਤੇ ਇਸ ਨੰਬਰ 'ਤੇ ਕਾਲ ਕਰਕੇ ਆਸਟ੍ਰੇਲੀਆ ਆਫਿਸ ਦਾ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਔਰ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਲਈ ਕ੍ਰੀਏਟਿਵ ਫਿਊਚਰ ਲੈ ਕੇ ਆਉਂਦਾ ਰਹਿੰਦਾ ਮੈਮ। ਨਵੰਬਰ ਇਨਟੇਕ ਦੇ ਲਈ ਕੀ ਐਲੀਜੀਬਿਲਟੀ ਹੈ, ਕਿਹੜੇ ਕਿਹੜੇ ਸਟੂਡੈਂਟ ਨੇ ਜਿਨ੍ਹਾਂ ਨੂੰ ਤੁਸੀਂ ਵੈਲਕਮ ਕਹੋਗੇ ਕਿ ਅਪਲਾਈ ਕਰ ਸਕਦੇ ਹੋ, ਔਰ ਜਿਨ੍ਹਾਂ ਦਾ ਵੀਜ਼ਾ ਆਉਣ ਦੇ ਜਿਹੜੇ ਹਾਈ ਸਕਸੈਸ ਰੇਟ ਆਉਣ ਦੇ ਚਾਂਸਿਸ ਜਿਹੜੇ ਹੁੰਦੇ ਆ, ਜਿਹੜੀਆਂ ਪ੍ਰੋਫਾਈਲਾਂ ਦੇ, ਉਹ ਕਿਹੜੀਆਂ ਹੈਗੀਆਂ ਨੇ? ਪਰਵਿੰਦਰ ਜੀ, ਸਭ ਤੋਂ ਜ਼ਰੂਰੀ ਹੈ ਕਿ ਬੱਚਾ ਦਾ ਪ੍ਰੋਫਾਈਲ ਕਿਵੇਂ ਦਾ। ਜਦੋਂ ਬੱਚਾ ਸਾਡੇ ਕੋਲ ਪ੍ਰੋਫਾਈਲ ਲੈ ਕੇ ਆਊਗਾ, ਮੈਂ ਤਾਂ ਕਹੂੰਗੀ 6 ਈਚ ਨਾਲ ਬੱਚਾ ਸਾਡੇ ਕੋਲ ਆਵੇ। ਹੁਣ ਬੱਚੇ ਦੇ 6 ਈਚ ਆਈਲੈਟ ਸਕੋਰ ਨਹੀਂ ਆ ਰਹੇ, ਜਿਹੜੇ ਬੱਚੇ ਸਾਡੇ ਰੀਸੈਂਟ ਪਾਸ ਆ ਉਹ ਤਾਂ 6 ਈਚ ਲੈ ਲੈਣਗੇ। ਉਹ ਆਪਣਾ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਅਪਲਾਈ ਕਰਕੇ ਈਜ਼ੀਲੀ ਜਾ ਸਕਦੇ ਆ। ਉਹਨਾਂ ਦੇ ਲਈ ਕੋਈ ਲੰਮੀ ਚੌੜੀ ਸਾਨੂੰ ਫਾਈਲਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਬਟ ਜਿਹੜਾ ਬੱਚੇ ਦਾ ਸਾਡਾ ਆਈਲੈਟਸ ਘੱਟ ਹੈ, ਸਟੱਡੀ ਗੈਪ ਪੈ ਗਿਆ, ਉਹਨਾਂ ਦੇ ਲਈ ਬਹੁਤ ਸਾਰੀਆਂ ਆਪਸ਼ਨ ਹੈਗੀਆਂ ਨੇ ਸਾਡੇ ਕੋਲ, ਉਹ ਵੀ ਜਾ ਸਕਦੇ। ਬਾਕੀ ਨਵਾਂ ਜਿਹੜਾ ਹੈ ਡਰਾਅ ਨਿਕਲਣ ਵਾਲਾ ਹੈ, ਵਰਕਿੰਗ ਹੋਲੀਡੇ ਜਿਹੜਾ ਵੀਜ਼ਾ ਹੈ ਉਹ ਓਪਨ ਹੋਣ ਜਾ ਰਿਹਾ ਹੈ, ਜਿਹਦੇ ਵਿੱਚ 3000 ਪਲੱਸ ਉਹਨਾਂ ਨੇ ਜਿਹੜੇ ਵਰਕ ਪਰਮਿਟ ਦੇਣੇ ਆ। ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਆਈਲੈਟਸ ਸਕੋਰ ਨਹੀਂ ਚਾਹੀਦਾ। ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ 5 ਸਾਲ ਦਾ ਗੈਪ ਪੈ ਗਿਆ, ਤੁਸੀਂ ਇਹਦੇ ਵਿੱਚ ਅਪਲਾਈ ਕਰਕੇ ਜਾ ਸਕਦੇ ਹੋ। ਉਹਦੇ ਲਈ ਸਾਡੀਆਂ ਰਜਿਸਟ੍ਰੇਸ਼ਨ ਲਾਈਨ ਜਿਹੜੀਆਂ ਅੱਜ ਤੋਂ ਹੀ ਔਨ ਨੇ, ਕੋਈ ਵੀ ਅਸੀਂ ਉਹਦੇ ਵਿੱਚ ਪੈਸਾ ਤੁਹਾਡੇ ਤੋਂ ਪਹਿਲਾਂ ਨਹੀਂ ਲਵਾਂਗੇ। ਉਹ ਇੱਕ ਡਰਾਅ ਆ, ਉਹ ਡਰਾਅ ਦੇ ਵਿੱਚ ਤੁਹਾਡਾ ਪ੍ਰੋਫਾਈਲ ਅਸੀਂ ਤਾਂ ਹੀ ਪਾ ਸਕਦੇ ਹਾਂ ਜੇ ਤੁਸੀਂ ਸਾਡੇ ਕੋਲ ਅੱਜ ਤੋਂ ਰਜਿਸਟ੍ਰੇਸ਼ਨ ਕਰਾਉਣੀਆਂ ਸਟਾਰਟ ਕਰਾਉਂਗੇ। ਅਤੇ ਵਰਕਿੰਗ ਹੋਲੀਡੇ ਵੀਜ਼ਾ ਬਾਰੇ ਵੀ ਤੁਸੀਂ ਮੇ ਬੀ ਅੱਜ ਮੇਰੇ ਮੂੰਹੋਂ ਪਹਿਲੀ ਵਾਰ ਸੁਣ ਰਹੇ ਹੋਵੋਗੇ, ਬਟ ਇਹ ਵੀ ਹਰ ਸਾਲ ਇੱਕ ਜਿਹੜਾ ਮੰਥ ਹੁੰਦਾ ਹੈ ਸਾਲ ਦੇ ਵਿੱਚ, ਜਿਵੇਂ 2024 ਦੇ ਵਿੱਚ ਨਵੰਬਰ ਦੇ ਵਿੱਚ ਇਹ ਡਰਾਅ ਨਿਕਲ ਜਾ ਰਿਹਾ, ਤੁਸੀਂ ਅਪਲਾਈ ਕਰਕੇ ਵਰਕ ਪਰਮਿਟ 'ਤੇ ਜਾ ਸਕਦੇ ਹੋ। ਅਤੇ ਇਹ ਵਰਕਿੰਗ ਹੋਲੀਡੇ ਵੀਜ਼ਾ ਹਰ ਕੰਟਰੀ ਸਾਲ ਦੇ ਵਿੱਚ 1 ਵਾਰ ਡਰਾਅ ਕੱਢਦਾ ਹੈ। ਅਤੇ ਉਸੇ ਤਰ੍ਹਾਂ ਜਿਵੇਂ ਕੈਨੇਡਾ ਦਾ ਡਰਾਅ ਨਿਕਲ ਚੁੱਕਿਆ, UK ਦਾ ਨਿਕਲ ਚੁੱਕਿਆ, ਹੁਣ ਆਸਟ੍ਰੇਲੀਆ ਦਾ ਡਰਾਅ ਨਿਕਲਣ ਜਾ ਰਿਹਾ, ਤੁਸੀਂ ਅਪਲਾਈ ਕਰਕੇ ਇਹਦੇ ਵਿੱਚ ਵੀ ਜਾ ਸਕਦੇ ਹੋ। ਇਹਦੇ ਵਿੱਚ ਕੋਈ ਵੀ ਪੈਸਾ ਅਸੀਂ ਤੁਹਾਡੇ ਤੋਂ ਨਹੀਂ ਲੈਣਾ, ਸਿਰਫ ਤੁਸੀਂ ਆਪਣੀ ਪ੍ਰੋਫਾਈਲ ਸਾਨੂੰ ਦੇਣੀ ਆ। ਉਹ ਪ੍ਰੋਫਾਈਲ ਅਸੀਂ ਦੇਖਾਂਗੇ ਕਿ ਤੁਹਾਡੀ ਉਸ ਡਰਾਅ ਲਈ ਐਲੀਜੀਬਲ ਹੋਈ, ਅਤੇ ਅਸੀਂ ਤਿਆਰ ਕਰਕੇ ਰੱਖਣੀ ਆ। ਇਹਦੀਆਂ ਲਈ ਜਿਹੜੀਆਂ ਲਾਈਨਸ ਨੇ ਉਹ ਸਿਰਫ 24 ਘੰਟੇ ਲਈ ਓਪਨ ਹੁੰਦੀਆਂ ਨੇ, ਉਹ 24 ਘੰਟੇ ਦੇ ਅੰਦਰ ਅਸੀਂ ਤੁਹਾਡਾ ਅਪਲਾਈ ਕਰਨਾ ਹੁੰਦਾ। ਹੁਣ ਸਾਡੇ ਕੋਲ ਜਿਹੜੇ ਬੱਚੇ ਅੱਜ ਤੋਂ ਰਜਿਸਟ੍ਰੇਸ਼ਨ ਕਰਾਉਣ,
ਜਾਣਗੇ, ਜਿਹੜੇ ਸਾਡੇ ਕੋਲ ਆਣ ਕੇ ਰਜਿਸਟਰਡ ਹੋ ਜਾਣਗੇ। ਉਹਦੇ ਵਿੱਚ ਰਜਿਸਟਰ ਦਾ ਮਤਲਬ ਇਹ ਨਹੀਂ ਕਿ ਕੋਈ ਸਾਨੂੰ ਤੁਸੀਂ ਪੈਸਾ ਦੇਣਾ, ਰਜਿਸਟ੍ਰੇਸ਼ਨ ਕਰਾਉਣੀ ਆ, ਤੁਸੀਂ ਆਪਣੇ ਡਾਕੂਮੈਂਟਸ ਆਪਣੇ ਸਾਰਾ ਪੇਪਰ ਵਰਕ ਕੰਪਲੀਟ ਕਰਕੇ ਸਾਨੂੰ ਦੇ ਦੇਣਾ। ਜਦੋਂ ਹੀ ਨਵੰਬਰ ਦੇ ਵਿੱਚ ਓਪਨਸ ਹੋਣਗੀਆਂ ਵਰਕਿੰਗ ਹੋਲੀਡੇ ਦਾ ਡਰਾ, ਉਦੋਂ ਹੀ ਅਸੀਂ ਤੁਹਾਡਾ ਅਪਲਾਈ ਕਰ ਦੇਣਾ, ਅਤੇ ਜੇ ਤੁਹਾਡਾ ਨਿਕਲ ਗਿਆ ਤਾਂ ਉਹਦੇ ਵਿੱਚ ਤੁਸੀਂ ਵਰਕ ਪਰਮਿਟ 'ਤੇ ਆਸਟ੍ਰੇਲੀਆ ਦੇ ਵਿੱਚ ਜਾ ਸਕਦੇ ਹੋ।